ਆ ਤਸਵੀਰਾਂ ਤੁਹਾਨੂੰ ਮਨਾਲੀ ਅਟਲ ਟਨਲ ਦੀਆਂ ਦਿਖਾ ਰਹੇ ਹਾਂ, ਜਿੱਥੇ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ ਹੈ। ਹਜ਼ਾਰਾਂ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਉਹ ਲੋਕ ਪਹਾੜਾਂ ਦੇ ਵਿੱਚ ਲੈ ਕੇ ਪਹੁੰਚੇ, ਖਾਸ ਕਰਕੇ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਇਸ ਵੇਲੇ ਫੁੱਲ ਪੈਕ ਹੋਇਆ ਪਿਆ ਹੈ ਟੂਰਿਸਟ ਦੇ ਨਾਲ, ਕਿਉਂਕਿ ਕਈ ਲੋਕ ਗੱਡੀਆਂ ਲੈ ਕੇ ਆਪਣਾ ਨਵਾਂ ਸਾਲ ਕ੍ਰਿਸਮਸ ਦੀ ਪਾਰਟੀ ਕਰਨ ਪਹਾੜਾਂ ਦੇ ਵੱਲ ਗਏ ਨੇ। ਜ਼ਿਆਦਾਤਰ ਲੋਕ ਮਨਾਲੀ ਅਟਲ ਟਨਲ ਰੋਹਤਾਂਗ ਦੇ ਵੱਲ ਗਏ ਨੇ। ਤਾਂ ਜਿਹੜਾ ਰਾਹ ਜਾਂਦਾ ਹੈ ਤੁਸੀਂ ਤਸਵੀਰਾਂ ਦੇਖ ਹੀ ਸਕਦੇ ਹੋ ਕਿਵੇਂ ਕਿੰਨਾ ਕਈ ਕਿਲੋਮੀਟਰ ਲੰਮਾ ਜਾਮ ਲੱਗਿਆ ਹੈ। ਅਤੇ ਹੁਣ ਕਈ ਲੋਕਾਂ ਨੇ ਵਾਪਸ ਮੁੜਨ ਦਾ ਫੈਸਲਾ ਲਿਆ, ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਵਾਪਸ ਮੁੜਨ ਵੇਲੇ ਵੀ ਕਿੰਨਾ ਜਾਮ ਲੱਗਿਆ ਹੋਇਆ ਹੈ। ਤਾਂ ਕਈ ਜਿਹੜੇ ਯਾਤਰੀ ਨੇ, ਜਿਹੜੇ ਲੋਕ ਘੁੰਮਣ ਗਏ ਨੇ, ਉਹ ਰਾਹ ਦੇ ਵਿੱਚ ਹੀ ਫਸੇ ਹੋਏ ਨੇ। ਤਾਂ ਪਹਾੜਾਂ ਦੇ ਵਿੱਚ ਲੰਮਾ ਜਾਮ ਲੱਗ ਗਿਆ। ਮਨਾਲੀ ਦੇ ਤੁਹਾਨੂੰ ਹਾਲ ਦਿਖਾ ਰਹੇ ਹਾਂ, ਅਟਲ ਟਨਲ ਦੇ ਅੰਦਰ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ। ਰਾਹ ਦੇ ਵਿੱਚ ਹਜ਼ਾਰਾਂ ਗੱਡੀਆਂ ਫਸੀਆਂ ਹੋਈਆਂ ਨੇ, ਜਾਮ ਲੱਗਿਆ ਹੋਇਆ ਹੈ ਲੰਮਾ। ਹਜ਼ਾਰਾਂ ਦੇ ਵਿੱਚ ਗੱਡੀਆਂ, ਲੱਖਾਂ ਦੇ ਵਿੱਚ ਲੋਕ ਪਹੁੰਚੇ ਨੇ ਆਪਣਾ ਨਿਊ ਈਅਰ ਅਤੇ ਕ੍ਰਿਸਮਸ ਮਨਾਉਣ ਦੇ ਲਈ। ਤਾਂ ਅਟਲ ਟਨਲ ਰੋਹਤਾਂਗ ਦੀਆਂ ਇਹ ਤਸਵੀਰਾਂ, ਜਿੱਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਪਹੁੰਚੇ, ਕ੍ਰਿਸਮਸ ਮੌਕੇ ਪਹਾੜਾਂ ਦੇ ਵਿੱਚ ਲੰਮਾ ਜਾਮ ਲੱਗ ਗਿਆ ਹੈ।